ਮਾਸ਼ਾਅੱਲਾ ਸਾਡੀ ਤਿਆਰੀ ਕੰਪਲੀਟ ਹੋ ਚੁੱਕੀ ਹੈ, ਕੁਛ ਬੱਚੇ ਤਿਆਰ ਹੋ ਰਹੇ ਨੇ ਤੇ ਖੁਸ਼ ਹੋ ਗਏ ਨੇ। ਸਭ ਤੋਂ ਪਹਿਲਾਂ ਤਾਂ ਮੈਂ ਆਪਣੀ ਐਂਟਰੀ ਮਾਰ ਲਈ, ਮੈਂ ਆਪਣੀ ਤਿਆਰੀ ਕਰ ਲਈ ਹੈ, ਬਕਾਇਆ ਬੱਚੇ ਸਾਰੇ ਤਿਆਰ ਹੋ ਗਏ। ਬਿਸਮਿਲ੍ਲਾਹ ਰਹਿਮਾਨ ਰਹਿਮ। ਅਸਲਾਮ ਅਲੈਕੁਮ। ਕੈਸੇ ਕੈਸੇ ਹੋ ਜੀ? ਕੈਸੇ ਹੋ ਜੀ? ਮੇਰੇ ਕਾ ਦੀ ਆਪ ਸਭ ਖੈਰ ਸੇ ਹੋਂਗੇ? ਅੱਲਾਹ ਆਪਕੋ ਖੁਸ਼ ਰੱਖੇ, ਸ਼ਾਦੋ ਬਾਦ ਰੱਖੇ, ਹਰ ਆਨੇ ਵਾਲੇ ਦੁੱਖ ਤਕਲੀਫ ਪੰਜਾਬ ਦੇ ਸੇ ਪਹਿਲੀ ਦੁਆ ਨਾਲ ਅੱਲਾਹ ਸ਼ੁਰੂ ਕਰਦੇ ਹਾਂ। ਅੱਜ ਦੇ ਵਲੋਗ ਵਿੱਚ ਕੁਛ ਇਸ ਤਰ੍ਹਾਂ ਵਾ, ਜਿਵੇਂ ਕਿ ਮੇਰੇ ਭੈਣ ਭਾਈ ਨੂੰ ਪਤਾ ਵਾ, ਤਬੱਸਮ ਮੇਰੇ ਦੀਆਂ ਖੁਸ਼ੀਆਂ ਜਿਹੜੀਆਂ ਅਸੀਂ ਬਹੁਤ ਜ਼ਿਆਦਾ ਹੀ ਖੁਸ਼ ਹਾਂ, ਤੇ ਉਹ ਖੁਸ਼ੀਆਂ ਸਾਡੇ ਵਾਸਤੇ ਬਹੁਤ ਅਹਿਮ ਨੇ। ਤੇ ਇੱਕ ਇੱਕ ਕਰਕੇ ਬੱਚੇ ਦਿਖਾਉਣੇ ਜੀ, ਤਿਆਰ ਹੋ ਗਏ। ਸਭ ਤੋਂ ਪਹਿਲਾਂ ਸਾਡਾ ਅਲੀ ਹਮਜ਼ਾ, ਅਲੀ ਹਮਜ਼ਾ ਇੰਨਾ ਸਟਰੋਂਗ ਆ, ਤੱਕ ਕਰ ਰਿਹਾ। ਅਲੀ ਹਮਜ਼ਾ ਤਿਆਰ ਹੋ ਗਿਆ ਜੀ, ਜ਼ੁਲਕਰ ਨੈਨ ਤਿਆਰ ਹੋ ਗਿਆ, ਔਰ ਸਾਡਾ ਮੇਰੀ ਸਭ ਤੋਂ ਸ਼ਹਿਜ਼ਾਦੀ ਬੇਟੀ ਆਇਤ ਫਾਤਮਾ, ਸ਼ਰਮਾਉਂਦੇ ਨੇ ਪਾਵਾਂਗੇ ਕਿਉਂ ਅੱਗੇ ਵੀ ਮੇਰੀ ਵੀਡੀਓ ਦੇ ਵਿੱਚ ਆਉਂਦੇ, ਕੋਈ ਵੀ ਨਹੀਂ ਆਉਂਦਾ, ਜਿਹੜਾ ਆਵੇ ਆਵੇ ਨਾ ਪਾ ਜਾਂਦਾ, ਨਾ ਆਵੇ ਨਾ ਸਹੀ। ਤੇ ਮਾਸ਼ਾਅੱਲਾ ਜਿਹੜਾ ਚੀਜ਼ਾਂ ਆਪਾਂ ਦਿਖਾ ਕੇ ਅੱਜ ਸਾਰੀਆਂ, ਠੀਕ ਹੈ। ਟੋਕਰੀ ਲਿਆਂਦੀ ਸੀਗੀ, ਟੋਕਰੀ ਜਿਹੜਾ ਸੀਗਾ ਹੁਣ ਮੰਗਵਾਈ ਆ, ਮੇਰਾ ਭਰਾ ਬਿਲਾਲ ਤੇ ਆਪਦਾ ਭਰਾ ਜਾ ਕੇ ਲੈ ਕੇ ਆਇਆ ਜੀ, ਚਾਹ ਚੀਜ਼ਾਂ ਸਾਰੀਆਂ ਦਿਖਾਈਆਂ। ਬਿਲਾਲ ਆਪਣਾ ਸੂਟ ਲੈ ਕੇ ਆ ਜਾ, ਧੋਬੀ ਦੇ ਦਿੱਤਾ ਹੋਇਆ ਸੀ ਸ਼ਾਇਦ ਜੀ, ਜਾਂ ਟੋਕਰੀ ਨਹੀਂ ਬਸ, ਠੀਕ ਹੈ। ਐਵੇਂ ਜੀ ਨਿਕਾਹ ਦੇ ਸ਼ਵਾਰੇ ਵਗੈਰਾ, ਹਾਂਜੀ ਨਿਕਾਹ ਦੇ ਛੁਆ ਤਾਂ ਉਵੇਂ ਹਰ ਕਿਸੇ ਨੂੰ ਖਾਣੇ ਚਾਹੀਦੇ ਨੇ, ਖਸੂਸਨ ਉਹਨਾਂ ਨੂੰ ਜਿਹੜੇ ਬਗੈਰ ਸ਼ਾਦੀਸ਼ੁਦਾ ਹੈ। ਅੱਛਾ ਜੀ, ਇਹ ਮਾਸ਼ਾਅੱਲਾ ਮੰਗਵਾਇਆ ਸੀ ਬਦਾਨਾ, ਆਪਾਂ ਕਹਿੰਦੇ ਪਤਾਸੇ ਨਾ ਮੰਗਵਾਓ, ਕਹਿੰਦੇ ਨਾ ਬਦਾਨਾ ਮੰਗਵਾ ਲਓ, ਨੁਕਤੀ ਮਟਰ, ਤੇ ਕਹਿੰਦੀ ਬਦਾਨਾ ਤੁਸੀਂ ਮੰਗਵਾਓ ਤੇ ਬਦਾਨਾ ਠੀਕ ਆ, ਤੇ ਅਸੀਂ ਮੰਗਾ ਲਿਆ ਬਦਾਨਾ ਮਾਸ਼ਾਅੱਲਾ। ਮਹਿੰਦੀ ਚੋਟੀ ਰਸਮ ਕਰਾ ਚੱਕ ਕਰਾ ਗਿਆ, ਜਿਹੜੇ ਛੋਟੀ ਮਹਿੰਦੀ ਦੀ ਰਸਮ ਕਰਾਂਗੇ। ਮਾਸ਼ਾਅੱਲਾ ਮਾਸ਼ਾਅੱਲਾ ਜੀ ਮਾਸ਼ਾਅੱਲਾ, ਚੀਜ਼ਾਂ ਆਪਣੀ ਜਗ੍ਹਾ, ਮਜ਼ੇਦਾਰ। ਬੇਗਮ ਸਾਹਿਬ ਖੂਬ, ਬੇਗਮ ਸਾਹਿਬ ਦੀ ਖੂਬਸੂਰਤੀ ਆਪਣੀ ਜਗ੍ਹਾ। ਔਰ ਫੋਲੀ ਉਹ ਤਾਂ ਲਾ ਕੇ ਫੜਾ ਦੇ, ਹੁਣ ਦੇ ਨਾਲ ਜਿਹੜਾ ਫੋਲੀ ਬਾਜੀ ਬਚ ਗਈ ਦੀ ਫੋਲੀ ਲਾ ਕੇ ਪਕੜਾ ਦੋ ਨਾ ਮੇਰੇ ਹੱਥ ਵਿੱਚ। ਅੱਛਾ ਅੱਛਾ, ਨਹੀਂ ਮੈਂ ਸਿਰਫ ਕੈਮਰਾਮੈਨ ਬਣਿਆ ਹੋਇਆ ਹਾਂ ਨਾ। ਐਵੇਂ ਮੇਰੇ ਝੂਠੇ ਤਰੀਕਾ ਦੱਸ ਦੇ। ਨਹੀਂ 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 ਮਾਸ਼ਾਅੱਲਾ। ਅੱਛਾ ਜੀ, ਇੱਦਾਂ ਕਿ ਤੁਹਾਨੂੰ ਮਠੇ ਦੇਣਾ ਪਾ, ਤੁਸੀਂ ਬੇਟੇ ਜੀ ਰਸਮ ਕਰਾਂਗੇ, ਮੈਂ ਦੇਰ ਕਾ ਜਾ ਸਗਨ ਕਰਾਂਗੇ, ਉਹਦੇ ਵਾਸਤੇ ਮੰਗਵਾਇਆ। ਇਹ 5 ਕਿਲੋ ਟੋਕਰੀ ਜਿਹੜੀ ਆਈ ਹੈ, ਇਸੇ ਤਰ੍ਹਾਂ ਮਿਲਦੇ ਲਾਲ ਪਈ ਹੈ, ਨਿਕਾਲਦੇ ਨਹੀਂ ਬਾਹਰ, ਤੇ ਸੁਬਹ ਨਿਕਾਲ ਕੇ ਆਪਣੇ ਭੈਣ ਭਰਾਵਾਂ ਨਾਲ ਸ਼ੇਅਰ ਕਰਾਂਗੇ, ਜਰੂਰ ਲੈ ਕੇ ਜਾਵਾਂ ਦੁੱਧ, ਤੇ ਉਦੋਂ ਜਾ ਕੇ ਸ਼ੇਅਰ ਕਰਾਂਗੇ ਇਨਸ਼ਾਅੱਲਾ। ਮਠਿਆਈ ਅਸੀਂ ਸੁਬਹ ਲੈ ਕੇ ਜਾਵਾਂਗੇ ਇਸੇ ਤਰ੍ਹਾਂ ਨਾ, ਬਾਕੀ ਚੀਜ਼ਾਂ ਅਸੀਂ ਹੁਣੇ ਉਹਨਾਂ ਨੂੰ ਪਕੜਾ ਦਾਂਗੇ ਜਾ ਕੇ। ਸਹੀ, ਨਹੀਂ ਜੀ ਤਾਂ ਮੈਂ ਬਸ ਸੁਬਹ ਹੀ ਜਾਵਾਂਗਾ। ਚੀਜ਼ਾਂ ਸੁਬਹ ਦੁਲਹਨ ਨੂੰ ਤਿਆਰ ਕਰ ਲਵੇਗੀ, ਠੀਕ ਹੈ, ਸਾਰਾ ਮੇਕਅਪ ਸ਼ੇਕਅਪ ਸਾਰਾ ਜੋ ਵੀ ਸਿਲਸਿਲਾ ਹੋਏਗਾ, ਹਾਂ, ਤੇ ਉਹ ਸਵੇਰੇ ਕਰ ਲਵਾਂਗੇ, ਕਿਉਂਕਿ ਮੈਂ ਹੁਣ ਮੈਨੂੰ ਮਾਮੂ ਮਿਲਿਆ ਸੀ, ਮੈਂ ਉਧਰ ਹੋ ਕੇ ਆਇਆ, ਤੇ ਉਹ ਕਹਿ ਰਹੇ ਸੀ, ਮੈਂ ਕਿਹਾ ਸੀ ਵੀ ਸੁਬਹ ਕਿਸ ਟਾਈਮ ਦਾ ਟਾਈਮ ਹੈ, ਕਹਿੰਦਾ ਮੇਰਾ ਟਾਈਮ ਪ੍ਰੋਗਰਾਮ ਹੈ ਸੁਬਹ ਜਿਹੜਾ ਨਾ ਜੁਮੇ ਤੋਂ ਬਾਅਦ ਦਾ ਰੱਖੀਏ, ਜੁਮੇ ਤੋਂ ਬਾਅਦ ਦਾ, ਹਾਂ, ਕਿਉਂਕਿ ਪਹਿਲੇ ਫਿਰ ਇੱਕ ਤਾਂ ਉਹ ਜੁਮਾ ਵੀ ਆਇਆ, ਫਿਰ ਕਹਿੰਦਾ ਸੀ ਮੈਂ ਨਾ ਦੇਗਲ ਨੂੰ ਟਾਈਮ ਦਿੱਤਾ ਹੈ ਵੀ 10 ਵਜੇ ਦਾ, ਮੈਂ ਕਿਹਾ ਫਿਰ ਤੁਸੀਂ ਜੁਮੇ ਤੋਂ ਬਾਅਦ ਦਾ ਟਾਈਮ ਰੱਖਦੇ ਹੋ ਤਾਂ ਤੁਸੀਂ ਫਿਰ 10 ਵਜੇ ਦਾ ਟਾਈਮ ਕਿਉਂ ਦਿੱਤਾ ਹੈ,
ਕਹਿੰਦੇ ਚਲੋ ਮੈਂ ਦੇਖ ਲਾ ਬੰਦਾ ਉਹਨਾਂ ਨਾਲ ਵੀ ਗੱਲ ਕਰ ਲਈ ਨਾ, ਠੀਕ ਹੈ, ਤੇ ਗੋਸ਼ਤ ਵਗੈਰਾ ਮੈਂ ਲਿਆਵਾਂਗਾ ਟਾਈਮ ਟਾਈਮ, ਠੀਕ ਹੈ, ਲਿਆ ਕਰ ਰੱਖ ਦਿਆਂਗਾ, ਬਾਕੀ ਸਮਾਨ ਸਮੂਨ ਸਾਰਾ ਪੂਰਾ ਕਰ ਲਵਾਂਗਾ, ਫਿਰ ਜਿਵੇਂ ਤਿਆਰ ਹੋਏਗਾ ਉਦੋਂ ਤੁਸੀਂ ਵੀ ਆ ਜਾਇਓ। ਤੇ ਉਹ ਇਹ ਸਲਾਹ ਤੁਹਾਨੂੰ ਨਾਲ ਵੀ ਕਰਨੀ ਸੀ ਭਾਈ, ਸਲਾਹ ਨੂੰ ਮੈਂ ਫੋਨ ਕੀਤਾ, ਉਹ ਵੀ ਆ ਜਾਂਦਾ ਹੈ, ਠੀਕ ਹੈ, ਤੇ ਉਹ ਫਿਰ ਹੁਣ ਸਲਾਹ ਮਸ਼ਵਰਾ ਕਰ ਲਈ ਨਾ ਵੀ ਜੁਮੇ ਤੋਂ ਪਹਿਲੇ ਜਾਣਾ ਜੀ ਜੁਮੇ ਤੋਂ ਬਾਅਦ ਜਾਣਾ। ਚਲੋ ਜੁਮੇ ਤੋਂ ਪਹਿਲੇ ਬਣਾ ਲੈਂਦੇ ਤਾਂ ਕਿ ਨਿਕਾਹ ਸ਼ਕਾਲ ਫਾਈਨਲ ਕਰਾ ਕੇ ਜੁਮਾ ਨਿਵਾਸ ਪੜਾਂਗੇ, ਜੁਮਾ ਨਿਵਾਸ ਪੜਨ ਤੋਂ ਬਾਅਦ ਫਿਰ ਆਪਾਂ ਆਪਣੇ ਘਰ ਨੂੰ ਸਾਰੀ ਆ ਗਏ। ਹਾਂਜੀ ਬਾਜੀ ਦੱਸੋ ਬਈ ਕੱਲ ਪਹਿਲੇ ਟਾਈਮ ਪ੍ਰੋਗਰਾਮ ਉਥੋਂ ਦੁਕਾਨ ਤੋਂ ਨਾ ਸੁੱਕੇ ਪਾਪੇ ਲੈ ਗਏ ਨਾ, ਸੁੱਕੇ ਪਾਪੇ ਕੁਛ ਵੀ ਨਾ ਖਾਓ ਸਿਰ, ਸੁੱਕੇ ਪਾਪੇ ਖਾਓ, ਇਹ ਟੋਟਕਾ ਹੁੰਦਾ ਇਹਦੇ ਨਾਲ ਇਨਸ਼ਾਅੱਲਾ ਤੁਹਾਡਾ ਪੇਟ ਬਿਲਕੁਲ ਸਹੀ ਹੋ ਜਾਏਗਾ। ਔਰ ਇਹ ਟੋਟਕਾ ਵੀ ਮੇਰਾ ਤਜਰਬੇ ਵਾਲਾ ਹੈ, ਸਭ ਲੋਕ ਆਏ ਹੋਏ ਨੇ ਟੋਕਰੀ ਆ ਵੀ ਸੰਗਨ ਸ਼ੁਰੂ ਹੈ ਜੀ, ਸਮਝਾ ਸਭ ਤੋਂ ਪਹਿਲੇ ਬੇਗਮ ਸਾਹਿਬਾ ਆਪਣੇ ਪੁੱਤਰ ਦੇ ਸੰਗਨ ਕਰਦੇ ਥੋੜਾ ਮੂੰਹ ਖੋਲ ਲੈਂਦਾ ਜਿਹਨੇ ਵੀ ਪੈਸੇ ਇਕੱਠੇ ਹੋਣ ਇਹ ਸਾਡੀ ਆਪ ਵਾਸਤੇ ਇਕੱਠੇ ਹੋਣ, ਆਪਣੇ ਜਿਹੜਾ ਸੀਗਾ ਉਧਰ ਰਸਮ ਕਰਕੇ ਤੇ ਬੱਸਾਂ ਬੇਟੇ ਦੀ
ਤੇ ਫਿਰ ਅਸੀਂ ਮਾਮੂ ਦੀ ਤਰਫ ਆ ਗਏ ਹਾਂ, ਨਾ ਮੇਰੇ ਮਾਮੂ ਨੇ ਇਹ ਕੀਤਾ ਵਾ ਬੱਚਿਆਂ ਦਾ ਅਤੇ ਨਾ ਜਿਹੜਾ ਸੀਗਾ ਵੀ ਮੇਰੀ ਮਾਮੀ ਨੇ, ਉਹਨਾਂ ਨੂੰ ਪਤਾ ਹੀ ਨਹੀਂ ਇਸ ਚੀਜ਼ ਦਾ, ਠੀਕ ਹੈ ਨਾ। ਅਤੇ ਫਿਰ ਅਸੀਂ ਤਾਂ ਅਸੀਂ ਜਾ ਕੇ ਅਤੇ ਅਮੀਨਾ ਨੂੰ ਥੋੜ੍ਹਾ ਤੇਲ ਵੀ ਲਗਾਈਏ ਅਤੇ ਥੋੜ੍ਹੀ ਇੱਧਰ ਦੀ ਰਸਮ ਕਰੀਏ। ਸਾਰੀ ਗੱਲ ਜੇ ਉਹਨਾਂ ਨੂੰ ਮਤਲਬ ਮਾਮੂ ਨੇ ਪਹਿਲਾਂ ਆਪਣੇ ਕੋਲ ਬੇਟਾ ਬੇਟੀ ਸ਼ਾਦੀ ਵਿਆਹ ਕੀਤਾ ਹੁੰਦਾ ਨਾ ਬਾਈ ਸਾਹਿਬ ਦਾ, ਅਤੇ ਫਿਰ ਜਿਹੜਾ ਸੀਗਾ ਵੀ ਬੰਦੇ ਨੂੰ ਟੈਨਸ਼ਨ ਨਹੀਂ ਹੁੰਦੀ, ਹੈ ਨਾ। ਅਤੇ ਉਹਨਾਂ ਨੇ ਕੀਤਾ ਹੈਗਾ ਤਾਂ ਚਲੋ ਉਸ 'ਚ ਸਾਨੂੰ ਪਤਾ ਸੀ ਇਸ ਦੇ ਨਾਲ ਆਇਆ ਨਾ। ਖੈਰ ਮੈਨੂੰ ਵੀ ਸਿੱਧੀ ਸਿੱਧੀ ਗੱਲ ਨਹੀਂ ਪਤਾ, ਮੈਂ ਤਾਂ ਆਪਣੀ ਆਪਾਂ ਸੋਹਰਾ ਨੂੰ ਪੁੱਛਿਆ, ਆਪਾਂ ਜਿਹੜੀ ਆਪਣੇ ਘਰ ਚਲੇ ਗਏ ਹੁਣ, ਤੇ ਦੂਸਰੀ ਜਿਹੜੀ ਸਾਡੀ ਬਾਜੀ ਹੈ ਸਾਡੀ ਮਸਾਈ ਉਹ ਸਾਡੇ ਨਾਲ ਆਈ ਹੈ, ਅਸੀਂ ਨਾਲ ਲੈ ਕੇ ਆਏ। ਅੱਲਾ ਤਾਲਾ ਧੀਆਂ ਦੇ ਨਸੀਬ ਅੱਛੇ ਕਰੇ, ਕਹਿੰਦਾ ਧੀਆਂ ਦਾ ਡਰ ਨਹੀਂ, ਧੀਆਂ ਦੇ ਨਸੀਬਾਂ ਡਰ ਨਹੀਂ, ਮੇਰੇ ਦਿਲ ਦੀ ਗਹਿਰਾਈਆਂ ਦਾ ਦੁਆ ਇਸ ਬੱਚੀ ਵਾਸਤੇ ਕਿ ਅੱਲਾ ਤਾਲਾ ਇਹਦੇ ਨਸੀਬ ਅੱਛੇ ਕਰੇ। ਔਰ ਮੈਂ ਮਾਮੇ ਤੇ ਵੀ ਬਹੁਤ ਖੁਸ਼ ਹਾਂ, ਮੇਰੇ ਮਾਮੇ ਨੇ ਮੈਨੂੰ ਗੱਲ ਨਾਲ ਲਗਾਇਆ ਵਾ, ਤੇ ਇਨਸ਼ਾਲਾ ਇਨਸ਼ਾਲਾ, ਤੇ ਮੇਰੀ ਵੀ ਕੋਸ਼ਿਸ਼ ਇਹੀ ਹੋਊਗੀ ਕਿ ਮੇਰੇ ਮਾਮੇ ਦਾ ਵੀ ਬਹੁਤ ਜ਼ਿਆਦਾ ਮੇਰੇ ਤੇ ਇਸ ਤੋਂ ਜ਼ਿਆਦਾ ਵੀ ਪਿਆਰ ਮਿਲੇ, ਕਿ ਜਦੋਂ ਮੈਂ ਛੋਟੀ ਸੀ ਤੇ ਮੈਨੂੰ ਮੈਂ ਬਹੁਤ ਮੇਰੀ ਮਾਮੂ ਨੂੰ ਅਟੈਚਮੈਂਟ ਸੀ, ਮਾਮੂ ਨਾਲ ਨਾਨੇ ਨਾਲ, ਤੇ ਨਾਨੇ ਨੇ ਵੇਲਾ ਜਨਤਾ ਜਗ੍ਹਾ ਦੇਵੇ ਨਾਲ ਮੇਰੇ ਮਾਮੂ ਨਾਲ ਬਹੁਤ ਮੇਰੀ ਅਟੈਚਮੈਂਟ ਸੀ, ਤੇ ਉਸੇ ਤਰ੍ਹਾਂ ਅੱਜ ਤੱਕ ਪਿਆਰ ਬਰਕਰਾਰ ਰਿਹਾ ਵਾ, ਤੇ ਅੱਲਾ ਕਰੇ ਤੇ ਇਨਸ਼ਾਲਾ ਅੱਗੇ ਇਸ ਤੋਂ ਜ਼ਿਆਦਾ ਹੋਏਗਾ, ਠੀਕ ਹੈ ਨਾ। ਤੇ ਅੱਲਾ ਧੀਆਂ ਦੇ ਨਸੀਬ ਚੰਗੇ ਕਰੇ, ਹਾਂਜੀ ਮਾਮੂ ਕੁਝ ਕਹਿਣਾ ਚਾਹੋਗੇ? ਕੋਈ ਟੈਨਸ਼ਨ ਕੋਈ ਪਰੇਸ਼ਾਨੀ, ਕੋਈ ਟੈਨਸ਼ਨ ਨਹੀਂ ਲੈਣੀ ਮਾਮੂ, ਕੋਈ ਪਰੇਸ਼ਾਨੀ ਲੈਣੀ, ਜਿਹੜਾ ਧੀਆਂ ਦੇ ਅੱਧੀਆਂ ਉਹਨਾਂ ਨੇ ਸਭ ਕੁਝ ਦਿੱਤਾ, ਠੀਕ ਹੈ ਨਾ। ਤੇ ਤੇਰਾ ਬਹੁਤ ਮਾਮੂ ਮੇਰੇ ਤੇ ਆਸਾਨ ਆ, ਬਹੁਤ ਬੜਾ ਆਸਾਨ ਆ, ਕਿ ਮੈਂ ਅੱਧੀ ਜ਼ਮਾਨ ਨਾਲ ਆਪਣੇ ਮਾਮੇ ਕੋਲੋਂ ਰਿਸ਼ਤਾ ਪੁੱਛਿਆ ਤੇ ਇਹਨਾਂ ਨੇ ਮੇਰੀ ਝੋਲੀ ਵਿੱਚ ਤੇ ਮਹੀਨਾ ਦਾ ਰਿਸ਼ਤਾ ਪਾਤਾ, ਠੀਕ ਹੈ ਨਾ। ਤੇ ਫਿਰ ਜ਼ੈਨ ਦੇ ਪਾਪਾ ਨੇ ਕਿਹਾ ਮਾਮੂ ਸਾਨੂੰ ਨਿਕਾਹ ਕਰਦੇ, ਇਹਨੇ ਕਿਹਾ ਠੀਕ ਆ, ਜਦੋਂ ਹੁਣ ਕੁੜੀ ਦੇ ਪੇਪਰ ਹੋ ਜਾਣਗੇ 10ਵੀਂ ਦੇ, ਫਿਰ ਉਸ ਤੋਂ ਬਾਅਦ ਅਸੀਂ ਇਨਸ਼ਾਅੱਲਾ ਅੱਲਾ ਚਾਹੇ ਤਾਂ ਟੋਟਲ ਐਵ ਕਰਾਂਗੇ, ਇਨਸ਼ਾਅੱਲਾ ਇਨਸ਼ਾਅੱਲਾ ਉਹ ਵੀ ਜਲਦੀ ਕਰਾਂਗੇ ਇਨਸ਼ਾਅੱਲਾ। ਤੇ ਤੇ ਕੱਲ ਦਾ ਪ੍ਰੋਗਰਾਮ ਹੈ ਆਪਣਾ ਨਿਕਾਹ ਦਾ, ਤੇ ਇਨਸ਼ਾਅੱਲਾ ਇਨਸ਼ਾਅੱਲਾ ਜ਼ਿੰਦਗੀ ਬਖੈਰ ਹੋਵੇ। ਕੱਲ ਇਨਸ਼ਾਅੱਲਾ ਮਾਮੂ ਅਸੀਂ ਕਿੰਨੇ 11 ਵਜੇ ਆਈਏ, ਕਿੰਨੇ ਵਜੇ ਆਈਏ ਅਸੀਂ? ਜਿਵੇਂ ਤੋਂ ਬਾਅਦ ਆਈਏ ਮਾਮੂ ਆ, ਠੀਕ ਹੈ ਨਾ। ਇਹ ਦੋ ਭੈਣਾਂ ਵਾ ਤੇ ਇੱਕ ਜਾਨੀ ਕੇ ਭਰਾ ਵਾ, ਠੀਕ ਹੈ ਨਾ। ਤੇ ਇੱਕ ਭੈਣ ਉਹਦੇ ਉੱਥੇ ਮੁਲਤਾਨ ਨੀ ਰਹਿੰਦੀ ਸਾਡੇ ਲਾਗੇ, ਤੇ ਇੱਕ ਮੇਰੀ ਮਾਮੀ ਆ ਜਾਨੀ ਕੇ, ਇਹਨਾਂ ਦਾ ਇੱਕ ਭਰਾ ਵਾ ਤੇ ਉਹਦਾ ਆਉਣ ਦਾ ਹੱਕ ਬਣਦਾ, ਸਾਰੀ ਗੱਲ ਆ। ਤੇ ਭਾਈ ਭੋਲਾ ਲਾਜ਼ਮੀ ਆਏਗਾ ਇਨਸ਼ਾਅੱਲਾ। ਚਲੋ ਚੰਗੀ ਗੱਲ ਆ, ਮੈਂ ਵੀ ਮਾਮੂ ਮਿਲੂਗੀ, ਮੈਂ ਬੜਾ ਆਸ ਆ ਗਿਆ ਭਾਈ ਭੋਲਾ ਨੂੰ ਮਿਲਿਆ ਹੋਇਆ। ਅੱਛਾ ਆਪਣੀ ਜਗ੍ਹਾ ਤੇ ਸਾਡੀ ਮਾਮੀ ਆ ਮਾਸ਼ਾਅੱਲਾ, ਠੀਕ ਹੈ ਨਾ ਮਾਮੀ। ਮੇਰੀ ਮਾਮੀ ਨੂੰ ਅੱਲਾ ਤਾਲਾ ਜਿਹੜਾ ਸੀਗਾ ਵੀ ਇਸ ਬੇਟੀ ਨੇ ਖੁਸ਼ੀਆਂ ਨਸੀਬ ਕਰੇ, ਮਾਮੀ ਹੁਣ ਜੀ ਰਸਮ ਕਰੇਗੀ ਆਪਣੀ ਬੇਟੀ ਦੀ, ਤੇ ਮਾਮੀ ਹੁਣਾਂ ਦੱਸਦੇ ਕਿਤੇ ਕਿਤੇ ਰਸਮ ਕਰਨੀ ਹੈ। ਬਿਲਾਲ ਸਾਹਿਬ ਕਹਿੰਦਾ ਸੀ ਜੀ ਮੈਨੂੰ ਮਾਮੂ ਬਿਲਾਲ ਹੈਗਾ ਤੁਹਾਡੇ ਵਾਲੀ ਸਾਈਡ ਤੋਂ, ਸਾਡੇ ਵਾਲੀ ਸਾਈਡ ਤੋਂ ਉਧਰ ਹੈਗਾ ਇੰਤਜ਼ਾਮੀਆ, ਹਾਂਜੀ, ਕਿਉਂਕਿ ਉਧਰ ਦਾ ਜਿੰਨਾ ਵੀ ਸਾਡਾ ਸਿਸਟਮ ਹੈ ਸਾਰਾ ਬਿਲਾਲ ਕਰਾਉਂਦੇ ਹੈ, ਤੇ ਇੱਥੇ ਸਾਈਡ ਤੋਂ ਵੀ
ਬਿਲਾਲ ਕਰ ਇਨਸ਼ਾਅੱਲਾ ਤੁਹਾਡੇ ਵੀ ਨਾਲ ਹੈ ਸਾਡੇ ਵੀ ਨਾਲ ਹੈ ਬਿਲਕੁਲ ਜੀ ਬਿਲਕੁਲ ਹਾਂਜੀ ਨਾਲ ਮਿਲ ਕੇ ਹੁੰਦਾ ਵਾ ਤੇ ਬਾਕੀ ਅੱਲਾ ਖੈਰ ਕਰੇਗਾ ਇਨਸ਼ਾਅੱਲਾ ਚਲੋ ਅਸੀਂ ਫਿਰ 11 ਵਜੇ ਦਾ ਪ੍ਰੋਗਰਾਮ ਨਹੀਂ ਬਣਾਉਂਦੇ ਅਸੀਂ ਫਿਰ ਆਵਾਂਗੇ ਜੁਮੇ ਤੋਂ ਬਾਅਦ ਹੀ ਠੀਕ ਹੈ 2:30 ਵਜੇ ਤੇ 2:30 ਵਜੇ ਤੱਕ ਅਸੀਂ ਆਵਾਂਗੇ ਜਿਵੇਂ ਅਸੀਂ ਆਵਾਂਗੇ ਦੱਸੀ ਆਵਾਂ ਆਪਣਾ ਕੰਮ ਸ਼ਮ ਸਾਰਾ ਫਾਈਨਲ ਕਰਕੇ ਫਿਰ ਅਸੀਂ ਗੱਡੀ ਜਿਹੜੀ ਕਰਾਈ ਹੋਈ ਹੈ ਉਸ ਗੱਡੀ 'ਤੇ ਅਸੀਂ ਕੱਲ੍ਹ ਵਾਪਸ ਚਲੇ ਜਾਵਾਂਗੇ ਇਨਸ਼ਾਅੱਲਾ ਠੀਕ ਹੋ ਗਿਆ ਚਲੋ ਹੁਣ ਕਰਦੇ ਹਾਂ ਜੀ ਅਸੀਂ ਆਪਣੀ ਰਸਮ ਤੇ ਇੱਥੇ ਕਰਦੇ ਹਾਂ ਹਾਂਜੀ ਤੇ ਇੱਥੇ ਕਰਦੇ ਹਾਂ ਅਸੀਂ ਵੀਡੀਓ ਦਾ ਐਂਡ ਇਸ ਸਾਡੀ ਅੱਜ ਦੀ ਵੀਡੀਓ ਅਗਰ ਸਾਡੇ ਬਹਿਣ ਭੈਣ ਸਾਡੀ ਵੀਡੀਓ ਪਸੰਦ ਆਵੇ ਲਾਈਕ ਕਰੀਓ ਸ਼ੇਅਰ ਕਰੀਓ ਔਰ ਕਮੈਂਟ ਬਾਕਸ ਵਿੱਚ ਸਾਨੂੰ ਲਾਜ਼ਮੀ ਦੱਸਿਓ ਕਿ ਵੀਡੀਓ ਕਿਸ ਤਰ੍ਹਾਂ ਲੱਗੀ ਮਿਲਾਂਗੇ ਨੈਕਸਟ ਵੀਡੀਓ 'ਚ ਆਪਣਾ ਬਹੁਤ ਜ਼ਿਆਦਾ ਖਿਆਲ ਰੱਖਿਓ ਸਾਨੂੰ ਇਜਾਜ਼ਤ ਅੱਲਾ ਹਾਫਿਜ਼ ਅੱਲਾ ਹਾਫਿਜ਼ ਨਜ਼ਰ ਆਉਂਦੇ ਹੋ